ਗੁਰਦਾਸਪੁਰ ਵਿੱਚ ਮੁੱਖ ਚੋਣ ਅਫਸਰ ਵੀਕੇ ਸਿੰਘ ਤੇ ਡੀਜੀਪੀ ਪੁਲਿਸ ਵੱਲੋਂ ਸਮੂਹ ਚੋਣ ਅਧਿਕਾਰੀਆਂ ਤੇ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧਾਂ ਨਾਲ ਸਥਾਨਕ ਪੰਚਾਇਤ ਭਵਨ ਵਿਖੇ ਮੀਟਿੰਗ ਕੀਤੀ ਗਈ। ਇਸ ਸੰਬੰਧੀ ਤਿਆਰੀਆਂ ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਮੀਟਿੰਗ ਦੌਰਾਨ ਉਹਨਾਂ ਨੇ ਦੱਸਿਆ ਕਿ ਅਖੀਰਲੇ 72 ਅਤੇ 48 ਘੰਟਿਆਂ ਵਿੱਚ ਰੱਖੀ ਜਾਣ ਵਾਲੀ ਚੌਕਸੀ ਅਤੇ ਕੀਤੇ ਜਾਣ ਵਾਲੇ ਪ੍ਰਬੰਧਾਂ ਸੰਬੰਧੀ ਅਧਿਕਾਰੀਆਂ ਤੇ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧਾਂ ਨੂੰ ਜਾਣੂ ਕਰਵਾਇਆ ਅਤੇ ਮੁੱਖ ਚੋਣ ਅਫਸਰ ਵੀਕੇ ਸਿੰਘ ਨੇ ਦੱਸਿਆ ਕਿ ਉਮੀਦਵਾਰਾਂ ਦੀ ਚੋਣ ਮੁਹਿੰਮ ਵਿੱਚ ਆਏ ਜ਼ਿਲ੍ਹੇ ਤੋਂ ਬਾਹਰਲੇ ਹਮਾਇਤੀਆਂ ਨੂੰ 9 ਅਕਤੂਬਰ ਨੂੰ ਸ਼ਾਮ 5 ਵਜੇ ਤੋਂ ਬਾਅਦ ਜ਼ਿਲ੍ਹੇ ਤੋਂ ਬਾਹਰ ਜਾਣਾ ਪਵੇਗਾ ਅਤੇ 48 ਘੰਟਿਆਂ ਵਿੱਚ ਕਿਸੇ ਵੀ ਪਾਰਟੀ ਜਾਂ ਉਮੀਦਵਾਰ ਦਾ ਚੋਣ ਪ੍ਰਚਾਰ ਕਰਨ, ਪੈਨਲ ਚਰਚਾ ਕਰਨ ਜਾਂ ਓਪੀਨੀਅਨ ਪੋਲ ਕਰਨ 'ਤੇ ਵੀ ਮੁਕੰਮਲ ਪਾਬੰਦੀ ਹੋਵੇਗੀ ਅਤੇ ਦੱਸਿਆ ਕਿ ਬੋਰਡ ਏਰੀਆ ਹੋਣ ਕਾਰਨ ਜ਼ਿਲ੍ਹੇ ਦੀਆਂ ਸੀਮਾਵਾਂ ਨੂੰ ਵੀ ਪੂਰੀ ਤਰ੍ਹਾਂ ਸੀਲ ਕੀਤਾ ਜਾਵੇਗਾ। ਜਿਹੜੀ ਉਪ ਚੋਣ ਹੋ ਰਿਹਾ ਨਾ, ਉਹਦੇ ਰਿਵਿਊ ਕਰਨ ਲਈ ਆਪਾਂ ਇਲੈਕਸ਼ਨ ਕਮਿਸ਼ਨ ਦੇ ਹਿਦਾਇਤ 'ਤੇ ਇੱਥੇ ਆਏ ਹੈ। ਤੋ ਆਪਾਂ ਪੋਲੀਟੀਕਲ ਪਾਰਟੀ ਦੇ ਮੈਂਬਰਸ ਹੈ, ਉਹਨਾਂ ਨਾਲ ਵੀ ਮੀਟਿੰਗ ਕੀਤੀ ਹੈ, ਜੋ ਕੈਂਡੀਡੇਟ ਦੇ ਏਜੰਟ ਹਨ ਉਹਨਾਂ ਨੂੰ ਵੀ ਸੱਦਿਆ ਸੀ ਅਤੇ ਉਹਨਾਂ ਦੀ ਜਿਹੜੀ ਕੋਈ ਚਿੰਤਾ ਮਾੜੀ ਮੋਟੀ ਹੈਗੀ ਉਹ ਆਪਾਂ ਨੋਟ ਕਰ ਲਿਆ ਹੈ ਅਤੇ ਜਿਹੜੇ ਇਲੈਕਸ਼ਨ ਮਸ਼ੀਨਰੀ ਅਤੇ ਪੁਲਿਸ ਪ੍ਰਸ਼ਾਸਨ ਨਾਲ ਵੀ ਗੱਲ ਹੋਈ ਹੈ, ਸਾਰਾ ਕੰਮ ਠੀਕ ਠਾਕ ਤਰੀਕੇ ਨਾਲ ਹੋ ਰਿਹਾ ਹੈ ਅਤੇ ਅਮਨ ਅਮਾਨ ਨਾਲ ਹੈ। ਸਾਨੂੰ ਵਿਸ਼ਵਾਸ ਹੈ ਵਧੀਆ ਤਰੀਕੇ ਨਾਲ ਇੱਥੇ ਜਿਹੜਾ ਚੋਣ ਦਾ ਕੰਮ, ਉਹ ਅਰਧ ਸੈਨਿਕ ਬਲ ਤੋਂ ਆ ਹੀ ਰਹੀ ਹੈ, ਉਹ ਜਹਾਂ ਜਹਾਂ ਹੈ ਕਿਉਂਕਿ ਇਹ ਬਾਰਡਰ ਇਲਾਕਾ ਹੈ, ਪਾਕਿਸਤਾਨ ਕਾ ਬਾਰਡਰ ਲੱਗਤਾ ਹੈ, ਕਸ਼ਮੀਰ ਵੀ ਸਾਥ ਮੇਂ ਹੀ ਹੈ, ਤੋ ਇਸ ਕਰਕੇ ਕਾਫੀ ਸਿਕਿਉਰਿਟੀ ਕੇ ਬੜੀਆ ਇੰਤਜ਼ਾਮ ਕੀਆ ਗਿਆ ਹੈ, ਕੋਈ ਪ੍ਰੋਬਲਮ ਨਹੀਂ ਆ ਰਹੀ ਹੈ। For good health, please subscribe A1 Healthcare. For better music, subscribe A1 Music. For best informational programs, please subscribe A1 Punjabi TV. And for all updated news, please subscribe A1 News.